ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਹਾਲ ਚਾਲ ਜੀ? ਗੁੱਡ ਮੋਰਨਿੰਗ ਸਾਰਿਆਂ ਨੂੰ। ਸਵੇਰੇ ਸਵੇਰੇ ਉੱਠੇ ਹੀ ਸੀ ਹਲੇ। ਮੈਂ ਕਿਹਾ ਅੱਜ ਲਾਈਵ ਪਾਈਏ, ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ। ਕੀ ਕਰ ਰਹੇ ਹੋ? ਘਰੇ ਬੈਠੇ ਹੋ ਸਾਰੇ ਕਿ ਨਹੀਂ ਹਲੇ? ਸੋ ਆ ਲੈਣ ਦਿਓ ਸਾਰਿਆਂ ਨੂੰ, ਮੇਰੇ ਕਮੈਂਟ ਨਹੀਂ ਆਉਣ ਲੱਗੇ। ਹਾਂ, ਆ ਗਏ ਆ ਗਏ। ਅੱਛਾ, ਅੰਗੂਠੇ ਅੰਗਾਠੇ ਜੀ ਆਉਣ ਲੱਗੇ ਨੇ ਹੁਣ। ਕਿੱਦਾਂ ਹਾਲ ਚਾਲ ਜੀ? ਦੋ ਮਿੰਟ ਰੁਕ ਜਾ, ਮੈਨੂੰ ਦੋ ਮਿੰਟ ਰੁਕ ਜਾ, ਮੈਂ ਬਾਅਦ 'ਚ ਖਾਣਾ। ਹਲੇ ਬ੍ਰੇਕਫਾਸਟ ਕੀਤਾ ਨਹੀਂ ਸੀ, ਲੰਗਰ ਪਾਣੀ ਬਣ ਕੇ ਆ ਗਿਆ। ਕਹਿੰਦਾ ਸ਼ਕੋ ਜੀ, ਕਿੱਦਾਂ ਜੀ, ਠੀਕ ਠਾਕ ਹੋ? ਸੋ ਸਭ ਤੋਂ ਪਹਿਲਾਂ ਤਾਂ ਅੱਜ ਲਾਈਵ ਹੋਣ ਦਾ ਮੇਰਾ ਪਰਪਸ ਇਹੀ ਆ, ਮੈਂ ਇਹੀ ਕਹਿਣਾ ਸੀਗਾ ਵੀ ਭਾਈ ਸਾਰੇ ਜਣੇ ਘਰ ਬੈਠੇ ਹੋ ਕਿ ਨਹੀਂ ਬੈਠੇ, ਸਟੇ ਹੋਮ। ਸਾਰੇ ਜਣੇ ਬਾਰ ਬਾਰ ਕਹੀ ਜਾ ਰਹੇ ਨੇ ਵੀ ਇਹ ਜਿਹੜਾ ਕਹਿਰ ਢਹਿ ਰਿਹਾ ਵਾ ਕਰੋਮਾ ਦਾ, ਕਰੋਨਾ ਦਾ, ਕਰੋਮਾ ਹੀ ਕਹਿ ਗਿਆ, ਕਰੋਨਾ ਦਾ, ਅਤੇ ਉਹਦੇ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਵਾ, ਘਰ ਬੈਠੋ, ਬਾਹਰ ਨਾ ਜਾਓ। ਸੋ ਇੱਕ ਸੈਕਿੰਡ, ਕਮੈਂਟ ਨਹੀਂ ਆ ਰਹੇ ਤੁਹਾਡੇ, ਆ ਹੁਣ ਇੱਥੇ ਆ ਰਹੇ, ਸੋਰੀ। ਹਾਂ, ਘਰ ਬੈਠੋ, ਬਾਹਰ ਬਿਲਕੁਲ ਨਾ ਜਾਓ। ਸੋ ਆਪਾਂ ਬੈਠ ਕੇ ਕਈ ਵਾਰੀ ਸਾਰੇ ਜਣੇ ਖੱਬੇ ਸੱਜੇ ਲੈਕਚਰ ਦੇਣ ਲੱਗੇ ਹੋਏ ਹਾਂ, ਯਾਰ ਇੱਥੇ ਬੈਠ ਕੇ ਕੀ ਕਰਾਂਗੇ, ਸਰਕਾਰ ਨੇ ਤਾਂ ਕਹਿਤਾ ਸਾਲੇ ਕੰਮ ਬੰਦ ਕਰਾਤੇ, ਫਲਾਣੇ ਕਰਾਤੇ। ਬਾਰ ਬਾਰ ਤੁਸੀਂ ਖਬਰਾਂ ਆਉਂਦੀਆਂ ਤੁਹਾਡੇ ਕੋਲ ਵਟਸਐਪ ਦੇ ਉੱਤੇ, ਚੀਜ਼ਾਂ ਆਉਂਦੀਆਂ, ਲੋਕ ਬਾਰ ਬਾਰ ਇਹ ਗੱਲ ਕਹਿ ਰਹੇ ਨੇ ਵੀ ਜਿਹੜਾ ਇਹ ਕਰੋਨਾ ਨਾ, ਇਹ ਤੁਹਾਡੇ ਘਰ ਨਹੀਂ ਆਉਂਦਾ, ਤੁਸੀਂ ਇਹਨੂੰ ਬਾਹਰ ਜਾਂਦੇ ਹੋ ਸਪੈਸ਼ਲ ਲੈਣ ਦੇ ਲਈ। ਸੋ ਅਸੀਂ ਬਿਲਕੁਲ ਸਾਰਾ ਕੁਝ ਬੰਦ ਕਰਕੇ ਘਰ 'ਚ ਬੈਠੇ ਹਾਂ। ਸੋ ਬੱਚੇ, ਮੈਂ, ਭਾਨਾ, ਬਲਜੀਤ ਭਾਅ ਜੀ, ਡਾਇਰੈਕਟਰ ਸਾਹਿਬ ਵੀ ਸਾਡੇ ਉਰੇ ਨੇ, ਸ਼ੂਟਿੰਗ ਬੰਦ ਕਰ ਦਿੱਤੀ ਆ। ਅਸੀਂ ਸਾਰੇ ਜਣੇ ਘਰ ਹਾਂ, ਕੋਈ ਵੀ ਬੰਦਾ ਬਾਹਰ ਨਹੀਂ ਜਾ ਰਿਹਾ, ਕਿਤੇ ਵੀ ਨਹੀਂ, ਮੌਜ ਨਾਲ ਬੈਠੋ ਉਰੇ ਘਰ, ਤੁਹਾਡੇ ਦਰਵਾਜ਼ਾ ਖੜਕਾ ਕੇ ਨਹੀਂ ਆਉਂਦਾ ਹੈਗਾ। ਹਾਂ, ਰਾਦਰ ਦੈਨ ਕਿ ਕੋਈ ਸਪੈਸ਼ਲ ਤੁਹਾਨੂੰ ਮਿਲਣ ਨਾ ਆਵੇ ਜਾਂ ਕੁਛ ਵੀ, ਸਾਰਿਆਂ ਨੂੰ ਮੈਸੇਜ ਕੱਢ ਦਿਓ ਵੀ ਭਾਈ ਸਾਨੂੰ ਮਿਲਣ ਦੀ ਲੋੜ ਨਹੀਂ ਗੀ ਹਲੇ, ਤੁਸੀਂ ਵੀ ਆਪਦੇ ਘਰ ਬੈਠੋ। ਸੋ ਸੇਫਟੀ ਮਸਟ। ਔਰ ਦੂਜੀ ਸਭ ਤੋਂ ਵੱਡੀ ਪ੍ਰੋਬਲਮ ਇੱਕ ਆਪਣੇ ਕੰਟਰੀ ਇੰਡੀਆ ਦੇ ਵਿੱਚ ਇਹ ਵੀ ਆ ਵੀ ਆਪਣੀ ਜਿੰਨੀ ਪਾਪੂਲੇਸ਼ਨ ਆ ਨਾ, ਜੇ ਇੱਥੇ ਗਾਹ ਪੈ ਗਿਆ, ਇੱਥੇ ਹਨੇਰੀਆਂ ਠਾਲੀਆਂ ਜਾਣੀਆਂ ਨੇ, ਕਦੇ ਵੀ ਇਹਦਾ ਇਲਾਜ ਤਾਂ ਵੈਸੇ ਹੈ ਹੀ ਨਹੀਂ ਗਾ। ਇਹ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਆ ਉਹ ਇਹੀ ਆ ਵੀ ਤੁਸੀਂ ਡਿਸਟੈਂਸ ਬਣਾ ਕੇ ਰੱਖੋ। ਬਾਰ ਬਾਰ ਕਹੀ ਜਾਂਦੇ ਨੇ ਨਾ, ਸੋਸ਼ਲ ਡਿਸਟੈਂਸ ਰੱਖੋ ਜੀ, ਇਹ ਕਰੋ, ਵੋ ਕਰੋ, ਫਲਾਨ ਕਰੋ। ਕਾਰੀਆਂ ਬਾਈ, ਸਾਡੀਆਂ ਪ੍ਰਾਈਵੇਟ ਨੌਕਰੀਆਂ, ਕਹਿੰਦੇ ਕੰਮ ਤਾਂ ਕਰਨਾ ਹੀ ਹੈ, ਸਮਝ ਗਿਆ ਵੀਰੇ, ਕਰਨਾ ਤਾਂ ਕੰਮ ਤਾਂ ਸਾਡਾ ਵੀ ਵੀਰੇ ਉਹੀ ਆ, ਸਾਡੀ ਕਿਹੜਾ ਸਰਕਾਰੀ ਨੌਕਰੀ 'ਤੇ ਆ ਵੀਰੇ, ਸਾਡੀਆਂ ਵੀ ਉਹੀ ਨੇ, ਸ਼ੂਟਿੰਗਾਂ ਬੰਦ ਕਰਕੇ ਆਪਾਂ ਬੈਠੇ ਹਾਂ, ਪਰ ਇਲਾਜ ਕੀ ਆ? ਤੁਸੀਂ ਬਾਹਰ ਜਾਓਗੇ, ਬਿਮਾਰੀ ਲੱਗ ਗਈ, ਕੋਨੀ 'ਚ ਕੀ ਹੋ ਗਈ, ਉਹ ਨੌਕਰੀ ਉਹ ਨਹੀਂ ਰਹੀ, ਜੇ ਤੁਸੀਂ ਨਹੀਂ ਰਹੇ ਤਾਂ ਨੌਕਰੀ ਉਹ ਨਹੀਂ ਰਹੇਗੀ, ਉਹਦਾ ਫਾਇਦਾ ਕੀ ਆ? ਸੋ ਇਹ ਤਾਂ ਆਪਾਂ ਨੂੰ ਮੂਵਮੈਂਟ ਚਲਾਉਣੀ ਪੈਣੀ ਆ। ਸੋ ਮੂਵਮੈਂਟ ਤੋਂ ਬਿਨਾਂ ਇਹ ਗੱਲ ਨਹੀਂ ਬਣ ਸਕਦੀ ਹੈਗੀ, ਆਪਾਂ ਸਿਆਣੇ ਬਣੀਏ, ਆਪਾਂ ਨੂੰ ਤਾਂ ਇਹ ਲਹਿਰ ਚਲਾਉਣੀ ਪੈਣੀ ਆ। ਇਹ ਇੱਕ ਇੱਦਾਂ ਦੀ ਚੀਜ਼ ਆ, ਇਹਦੇ ਮੂਹਰੇ ਆਪਾਂ ਨੂੰ ਐਂ ਡਟ ਕੇ ਖੜਨਾ ਪੈਣਾ ਵਾ ਵੀ ਲਹਿਰ ਚਲਾ ਲਈ ਆ, ਵੀ ਅਸੀਂ ਜੀ ਅਸੀਂ 15 ਦਿਨ ਲਈ ਟੋਟਲ ਬਾਈਕਾਟ ਕੀਤਾ, 10 ਦਿਨ ਲਈ ਆਟੋਮੈਟਿਕਲੀ ਚੀਜ਼ਾਂ ਠੀਕ ਹੋਣਗੀਆਂ। ਭਾਅ ਜੀ ਥੋੜ੍ਹੇ ਇਲੀਟਰੇਟ ਨੇ ਵੀਰੇ, ਕੋਈ ਚੱਕਰ ਨਹੀਂ ਗਾ, ਪੜ੍ਹੇ ਅਨਪੜ੍ਹ ਇੱਕ ਚੀਜ਼ ਹੁੰਦੀ ਆ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਿੰਡਾਂ ਦੇ ਵਿੱਚ ਰਹੇ ਹਾਂ ਆਪਾਂ, ਮਾੜੇ ਜਿਹੇ ਬਿਮਾਰ ਹੁੰਦੇ ਸੀਗੇ, ਪਿੰਡ 'ਚ ਦੇਸੀ ਹੁੰਦੇ ਸੀ, ਮੇਰੀ ਦਾਦੀ ਨਹੀਂ ਸੀ ਪੜ੍ਹੀ ਹੋਈ, ਮੈਨੂੰ ਝੱਟ ਕਹਿੰਦੀ ਸੀ ਪੁੱਤ ਬਾਹਰ ਨਾ ਜਾਈ, ਅੰਦਰ ਬੈਠ, ਠੀਕ ਆ, ਸਾਹਿਬ ਹੋ ਜੂ, ਫਲਾਣ ਹੋ ਜੂ, ਉਦੋਂ ਵੀ ਤਾਂ ਆਪਾਂ ਚੀਜ਼ਾਂ ਕਰਦੇ ਸੀ। ਅੱਜ ਕੀ ਹੋ ਗਿਆ? ਅੱਜ ਵੈਸੇ ਵੀ ਜਿਨ੍ਹਾਂ ਦੀ ਗੱਲ ਸਹੀ ਆ ਵੀ ਜਿਨ੍ਹਾਂ ਨੂੰ ਡੱਕਾ ਕੰਮ ਵੀ ਨਹੀਂ ਹੈ ਨਾ, ਉਹਨਾਂ ਦਾ ਵੀ ਘਰ ਬੈਠ ਕੇ ਉਹਨਾਂ ਨੂੰ ਟੇਕ ਨਹੀਂ ਆਉਂਦੀ ਹੈਗੀ, ਕਹਿੰਦੇ ਦੇਖ ਕੇ ਆਈਏ ਬਾਹਰ ਕਿੰਨਾ ਕੁ ਰਸ਼ ਆ ਸੜਕਾਂ 'ਤੇ, ਘੱਟ ਗਿਆ ਜਾਂ ਵੱਧ ਗਿਆ, ਇਹੀ ਦੇਖਣ ਲਈ ਬਾਹਰ ਚਲੇ ਜਾਂਦੇ ਨੇ। ਮੈਂ ਹੈਰਾਨ ਹਾਂ ਯਾਰ ਵੀ ਇੰਨਾ ਵਾਰ ਵਾਰ ਲੈਕਚਰ ਚੱਲ ਰਿਹਾ, ਇੰਨਾ ਤਾਮ ਜਾਮ ਚੱਲ ਰਿਹਾ, ਜੇ ਤੁਸੀਂ ਇਹ ਚੀਜ਼ਾਂ ਨਹੀਂ ਕਰੋਗੇ ਹੱਦ ਆ ਯਾਰ, ਫਿਰ ਤਾਂ ਹਲੇ ਵੀ ਮੈਂ ਕਹਿੰਦਾ। ਔਰ ਕਈ ਬੰਦੇ ਦੀਆਂ ਮੈਂ ਵੀਡੀਓ ਦੇਖਦਾ ਜਿਹੜੇ ਇਸ ਚੀਜ਼ ਨੂੰ ਹੀ ਘਾਬਰੀ ਜਾਂਦੇ ਨੇ ਜੀ ਵੀ ਅਸੀਂ ਜਾ ਕੇ ਚੈੱਕ ਕਰਾਉਣਾ, ਅਸੀਂ ਹਸਪਤਾਲ ਨਹੀਂ ਜਾਣਾ, ਅਸੀਂ ਫਲਾਣੀ ਚੀਜ਼ ਨਹੀਂ ਜਾਣੀ। ਹੁਣ ਲੋਕਾਂ ਦੇ ਘਰਾਂ ਦੇ ਬਾਹਰ ਉਹ ਲਾ ਤੇ, ਅੰਗਰੇਜ਼ੀ 'ਚ ਕੀ ਕਹਿੰਦੇ, ਕੁਆਰੰਟੀਨ ਕਰਤਾ ਉਹਨਾਂ ਨੂੰ, ਪਤਾ ਨਹੀਂ ਕੀ ਕਰਤਾ ਉਹਨਾਂ ਦੇ ਬਾਹਰ ਲਾ ਤੇ ਵੀ ਜੀ ਇਹ ਬੰਦੇ ਟਰੈਵਲ ਕਰਕੇ ਆਏ ਨੇ। ਪਹਿਲਾਂ ਤਾਂ ਟਰੈਵਲ ਕਰੋ ਹੀ ਨਾ, ਮੇਰੀ ਹੱਥ ਜੋੜ ਕੇ ਬੇਨਤੀ ਆ, ਜਿਹੜੇ ਜਿੱਥੇ ਬੈਠੇ ਆ ਬੈਠੇ ਰਹੋ ਯਾਰ, ਹਫ਼ਤੇ ਲਈ ਕਿਹਾ, 10 ਦਿਨ ਲਈ ਤੁਸੀਂ ਬੈਠੋ ਤਾਂ ਸਹੀ, ਕੁਛ ਨਾ ਕੁਛ ਆਊਟਪੁੱਟ ਤਾਂ ਨਿਕਲੂ। ਜਾਂ ਤਾਂ ਇਹ ਹੋਵੇ ਵੀ ਤੁਸੀਂ, ਕਈ ਬੰਦੇ ਕਹਿੰਦੇ ਆ ਵੀਰੇ 10-15 ਦਿਨਾਂ 'ਚ, 20 ਦਿਨਾਂ 'ਚ ਇਹਦਾ ਇਲਾਜ ਨਹੀਂ ਹੋਣਾ, ਮੰਨ ਲਿਆ ਇਹਦਾ 20 ਦਿਨਾਂ 'ਚ ਇਲਾਜ ਨਹੀਂ ਹੋਣਾ, ਤੁਹਾਡੇ ਕੋਈ ਇਲਾਜ ਹੈ, ਕੋਈ ਹੋਰ ਆਪਸ਼ਨ ਹੈ, ਕੋਈ ਹੋਰ ਬੈਟਰ ਆਪਸ਼ਨ ਵੀ ਆਪਾਂ ਕਿਸੇ ਹੋਰ ਚੀਜ਼ ਨੂੰ ਫੋਲੋ ਕਰੀਏ? ਬਾਹਰ ਜਾ ਕੇ ਘੁੰਮ ਕੇ ਤਾਂ ਆਪਾਂ ਵਧਾ ਰਹੇ ਹਾਂ, ਇਹਨੂੰ ਘਟਾ ਥੋੜ੍ਹਾ ਰਹੇ ਹਾਂ, ਇਹ ਤਾਂ ਵਧੀ ਰਿਹਾ ਵਾ। ਸੋ ਉਹਦਾ ਬੈਸਟ ਤਰੀਕਾ ਫਿਲਹਾਲ ਜਿਹੜਾ ਹੈਗਾ ਆਪਾਂ ਉਹ ਤਾਂ ਫੋਲੋ ਕਰੀਏ ਨਾ, ਜਿੰਨਾ ਕੁ ਫੋਲੋ ਹੁੰਦਾ ਵਾ। ਆਪਾਂ ਲੱਗੇ ਹੋਏ ਹਾਂ ਇਸ ਚੀਜ਼ ਦੇ ਉੱਤੇ ਵੀ
ਉਹ ਤਾਂ ਐਵੇਂ ਪਕਾਈ ਮਰੀ ਜਾਂਦੇ ਆ, 10 ਦਿਨ 'ਚ ਐਂ ਨਹੀਂ ਹੁੰਦਾ, 5 ਦਿਨ 'ਚ ਐਂ ਨਹੀਂ ਹੁੰਦਾ ਯਾਰ ਕਰਕੇ ਤਾਂ ਦੇਖੋ ਚਾਈਨਾ ਵਾਲਿਆਂ ਨੇ ਕਹਿੰਦੇ ਆਲਮੋਸਟ ਸਾਰੇ ਦਾ ਸਾਰਾ ਕਵਰ ਕਰ ਲਿਆ ਉਹਨਾਂ ਨੇ, ਹਸਪਤਾਲ ਬੰਦ ਕਰਤੇ ਆਪਦੇ, ਸਾਰਾ ਕੁਛ ਡਨ ਹੋ ਗਿਆ ਉਹਨਾਂ ਦੇ, ਉਹ ਵੀ ਤਾਂ ਬੰਦੇ ਹੀ ਨੇ, ਉੱਥੋਂ ਚੱਲਿਆ ਸੀ, ਉਨੀਆਂ ਮੌਤਾਂ ਨਹੀਂ ਕਿਤੇ ਹੋਈਆਂ। ਸੋ ਸਾਰੇ ਦਾ ਸਾਰਾ ਬੇਸਿਕ ਪਰਪਸ ਕੀ ਆ, ਇਹ ਇਕੱਲਾ ਇਹਨੂੰ ਨਾ ਕੋਈ ਸਰਕਾਰ ਬੰਦ ਕਰ ਸਕਦੀ ਆ, ਨਾ ਕੋਈ ਧਰਮ ਦੇ ਪ੍ਰਚਾਰਕ ਬੰਦ ਕਰ ਸਕਦੇ ਨੇ। ਹੁਣ ਦੇਖੋ, ਹੁਣ ਕੋਈ ਵੀ ਫੇਸਬੁੱਕ ਦੇ ਉੱਤੇ ਕੋਈ ਵੀਡੀਓ ਨਹੀਂ ਲੱਭਦੀ ਹੈਗੀ ਜਿਹੜੇ ਪਹਿਲਾਂ ਬਾਬਿਆਂ ਬੁੱਬਿਆਂ ਦੇ ਬੈਠੇ ਹੁੰਦੇ, ਇੱਥੇ ਮੱਥਾ ਟੇਕੋ, ਫਲਾਣਾ ਕਰ ਦਿਉ, ਜੇ ਕਰ ਦਿਉ, ਉਹ ਕਰ ਦਿਉ, ਨਾ ਕਿਸੇ ਦੀ ਕੋਈ ਕਿਸੇ ਦੇ ਬਾਰੇ ਕੋਈ ਹੇਟ ਸਪੀਚ ਲੱਭ ਰਹੀ ਆ, ਨਾ ਹੁਣ ਅੱਜ ਦੀ ਡੇਟ 'ਚ ਕੋਈ ਕਿਸੇ ਨੂੰ ਭੰਡ ਰਿਹਾ ਵਾ, ਨਾ ਕੋਈ ਗਾਲਾਂ ਕੱਢ ਰਿਹਾ, ਸਭ ਉਹਦੇ ਕਹਿਣ ਨੂੰ ਆਪੋ ਆਪਣੀ ਪਈ ਵਾਲਾ ਫੰਡਾ ਹੋ ਗਿਆ। ਔਰ ਆਪੋ ਆਪਣੀ ਪਈ ਵਾਲੇ ਦੇ ਚੱਕਰ 'ਚ ਵੀ ਇਹੀ ਆ, ਪਹਿਲਾਂ ਆਪਾਂ ਇਹ ਕਹਿੰਦੇ ਸੀਗੇ ਵੀ ਇਕੱਠੇ ਰਹਿ ਕੇ ਮੁਸੀਬਤ ਦਾ ਹੱਲ ਲੱਭਿਆ ਜਾ ਸਕਦਾ, ਸੋ ਇਹ ਇਕੱਠੇ ਹੋ ਕੇ ਮੁਸੀਬਤ ਦਾ ਹੱਲ ਲੱਭ ਹੋਣਾ, ਪਰ ਬਹਿਣਾ ਅੱਡ ਅੱਡ ਪੈਣਾ ਵਾ। ਸੋ ਆਪੋ ਆਪਣੇ ਘਰ ਬੈਠੋ, ਘਰਦਿਆਂ ਨਾਲ ਗੱਲਾਂ ਮਾਰੋ, ਜਵਾਕਾਂ ਨੂੰ ਟਾਈਮ ਦਿਉ, ਠੀਕ ਆ। ਸੋ ਇਹਦਾ ਕੋਈ ਇਲਾਜ ਨਹੀਂ ਹੈ ਹੋਰ। ਸੋ ਦੇਰ ਆਰ 2 ਆਪਸ਼ਨ, ਸਟੇ ਹੋਮ ਔਰ ਹੋਸਪਿਟਲ। ਸਹੀ ਗੱਲ ਆ ਵੀਰੇ, ਔਰ ਹੋਸਪਿਟਲ ਦੇ ਵਿੱਚ ਵੀ ਦੂਜੀ ਆਪਸ਼ਨ ਤਾਂ ਬੰਦ ਹੋ ਜਾਣੀ ਆ, ਜੇ ਆਪਾਂ ਬਾਹਰ ਘੁੰਮਦੇ ਰਹਾਂਗੇ, ਆਪਸ਼ਨ ਇੱਕ ਹੀ ਰਹਿ ਜਾਣੀ ਆ ਵੀ ਚਾਹੇ ਤੁਸੀਂ ਬਿਮਾਰ ਹੋ ਚਾਹੇ ਨਹੀਂ ਬਿਮਾਰ, ਘਰ ਹੀ ਬੈਠੋ। ਫਿਰ ਹਸਪਤਾਲਾਂ 'ਚ ਭਰ ਜਾਣੇ ਨੇ, ਹੋਰ ਕਿੰਨੇ ਕੁ ਹਸਪਤਾਲ ਆਪਾਂ ਬਾਰ ਬਾਰ ਸਰਕਾਰ ਨੂੰ ਕਹਾਂਗੇ, ਸਰਕਾਰ ਕੋਲ 150 ਕਰੋੜ ਦੀ ਆਬਾਦੀ ਦੇ ਹਸਪਤਾਲ ਥੋੜ੍ਹਾ ਨੇ ਯਾਰ। ਸਰਕਾਰ ਨੇ ਕੱਲ੍ਹ ਮੈਂ ਦੇਖਿਆ ਸੀ ਆਪਣੇ ਪੰਜਾਬ ਸਰਕਾਰ ਨੇ ਪਾਇਆ ਸੀਗਾ ਵੀ ਅਸੀਂ ਪਤਾ ਨਹੀਂ ਕਿੰਨੇ ਬੈੱਡ ਲਾਤੇ ਨੇ, 5,000 ਪਤਾ ਨਹੀਂ 4,000 ਪਤਾ ਨਹੀਂ ਕਿੰਨੇ ਬੈੱਡ। ਉਹ ਜੇ ਕਿਤੇ ਆਪਾਂ ਹਨੇਰੀ ਲਿਆਤੀ ਜਿਹੜੇ ਹਿਸਾਬ ਨਾਲ ਆਪਾਂ ਤੁਰੇ ਫਿਰਦੇ ਹਾਂ, ਇਸ ਹਿਸਾਬ ਦੇ ਨਾਲ ਤਾਂ ਮੇਰੇ ਹਿਸਾਬ ਨਾਲ ਤਾਂ ਇਹ ਤਾਂ ਘੰਟੇ 'ਚ ਭਰ ਦੇਣਗੇ ਆਪਣੇ ਵਾਲੇ ਬੰਦੇ ਤਾਂ। ਬਾਈ ਆਪਣੇ ਵਾਲੇ ਸਿਆਣੇ ਆ ਤਾਂ ਕਰਕੇ। ਸਹੀ ਗੱਲ ਆ ਵੀਰੇ ਲਖਵਿੰਦਰ ਵੀਰ, ਇਹੀ ਚੀਜ਼ ਹੋਈ ਪਈ ਆ। ਪਲੀਜ਼ ਮੇਕ ਸ਼ੋਰ ਕਰੋ, ਆਪਣੇ ਆਪਣੇ ਪਰਿਵਾਰ ਆਪਣੇ ਲਈ ਨਹੀਂ, ਘੱਟੋ ਘੱਟ ਆਪਣੇ ਪਰਿਵਾਰ ਦੇ ਲਈ। ਅਸੀਂ ਵੀ ਯਾਰ ਹਫ਼ਤਾ ਪਹਿਲਾਂ ਅਸੀਂ ਵੀ ਐਂ ਕਰੀ ਜਾਂਦੇ ਵੀ ਲੈ ਇਹਦੇ 'ਚ ਕੀ ਹੋਣਾ, ਕੱਖ ਨਹੀਂ ਗਾ, ਘਰ ਦੇ ਸਾਨੂੰ ਕਹਿੰਦੇ ਸ਼ੂਟਿੰਗਾਂ ਬੰਦ ਕਰ ਦਿਉ, ਫਲਾਣਾ ਕਰ ਦਿਉ, ਸਾਨੂੰ ਐਂ ਲੱਗਦਾ ਐਵੇਂ ਬੁੜੀਆਂ ਗੱਲਾਂ ਮਾਰਦੀਆਂ ਨੇ, ਆਹ ਕੀ ਚੀਜ਼ ਹੁੰਦੀ ਆ, ਫਲਾਣੀ ਚੀਜ਼ ਹੁੰਦੀ ਆ। ਹੌਲੀ ਹੌਲੀ ਕਰਕੇ ਜਿਸ ਹਿਸਾਬ ਨਾਲ ਆਪਾਂ ਰਿਜ਼ਲਟ ਦੇਖ ਰਹੇ ਹਾਂ, ਜਿਸ ਹਿਸਾਬ ਨਾਲ ਆਪਾਂ ਨੂੰ ਚੀਜ਼ਾਂ ਦਾ ਪਤਾ ਲੱਗ ਰਿਹਾ ਵਾ, ਉਸ ਅਕੋਰਡਿੰਗ ਮੈਂ ਇਹ ਕਹਿੰਦਾ ਵਾ ਵੀ ਸਮੇਂ ਨਾਲ ਹਰੇਕ ਬੰਦਾ ਸਿਆਣਾ ਹੋ ਜਾਂਦਾ, ਆਪਾਂ ਵੀ ਉਸ ਚੀਜ਼ ਨੂੰ ਦੇਖੀਏ। ਔਰ ਮੈਂ ਇੱਕ ਰਿਕੁਐਸਟ ਕਰੂੰਗਾ, ਜਿਹੜੇ ਆਰਟਿਸਟ ਵੀ ਨੇ, ਜਿਹੜੇ ਕਲਾਕਾਰ, ਜਿਹੜੇ ਐਕਟਰ, ਜਿਹੜੇ ਗਾਉਣ ਵਾਲੇ ਜਿੰਨੇ ਵੀ ਨੇ ਯਾਰ, ਪਲੀਜ਼ ਤੁਸੀਂ ਸਾਰੇ ਜਾਣੇ ਇਸ ਚੀਜ਼ਾਂ ਬਾਰੇ ਅਪਡੇਟ ਕਰੋ। ਔਰ ਘੱਟੋ ਘੱਟ ਤੁਸੀਂ ਤਾਂ ਨਾ ਬਾਹਰ ਘੁੰਮੋ, ਤੁਹਾਨੂੰ ਦੇਖ ਕੇ ਲੋਕ ਇਹ ਸੋਚਦੇ ਨੇ ਯਾਰ ਇਹੀ ਚੰਗੇ ਭਲੇ ਬਾਹਰ ਤੁਰੇ ਫਿਰੀ ਜਾਂਦੇ ਨੇ, ਇਹੀ ਕੰਮ ਕਰੀ ਜਾਂਦੇ ਨੇ ਯਾਰ, ਤੁਹਾਨੂੰ ਆਪਾਂ ਨੂੰ ਫੋਲੋ ਕਰਦੇ ਨੇ ਲੋਕ ਜਿਹੜੇ ਤੁਹਾਨੂੰ ਤੁਹਾਡੇ ਫੈਨ ਨੇ, ਤੁਹਾਨੂੰ ਦੇਖਦੇ ਨੇ ਪੋਲੀਟੀਕਲ ਬੰਦਿਆਂ ਨੂੰ, ਸੋ ਸਾਰਿਆਂ ਨੂੰ। ਸੋ ਡਾਕਟਰਾਂ ਨੇ ਵਿਚਾਰਿਆਂ ਨੇ ਇੰਨੇ ਵਧੀਆ ਵਧੀਆ ਉਹ ਪੋਸਟਰ ਫੜ ਫੜ ਕੇ ਫੋਟੋਆਂ ਖਿਚਾਈਆਂ ਵੀ ਅਸੀਂ ਕੰਮ ਦੇ ਉੱਤੇ ਹਾਂ ਤੁਹਾਡੇ ਲਈ, ਸਿਰਫ ਤੁਸੀਂ ਸਾਡੇ ਕਰਕੇ ਘਰਾਂ 'ਚ ਨਹੀਂ ਬੈਠ ਸਕਦੇ ਹੈਗੇ, ਬੈਠੋ ਯਾਰ ਆਪਣੀਆਂ ਕੀ ਆਪਸ਼ਨ। ਵੀਰ ਕਹਿੰਦੇ ਪ੍ਰਾਈਵੇਟ ਫੈਕਟਰੀਆਂ ਵਾਲੇ ਬੰਦ ਨਹੀਂ ਕਰ ਰਹੇ, ਵੀਰੇ ਪਹਿਲਾਂ ਤਾਂ ਸ਼ਰਮ ਆਉਣੀ ਚਾਹੀਦੀ ਆ ਉਹੋ ਜਿਹੇ ਢੀਠ ਬੰਦਿਆਂ ਨੂੰ ਜਿਨ੍ਹਾਂ ਨੂੰ ਜਾਣ ਤੋਂ ਪਿਆਰੀ ਕੋਈ ਚੀਜ਼ ਨਹੀਂ, ਜਿਹੜੇ ਲੋਕਾਂ ਦੇ ਆਪ ਉਹਨਾਂ ਦੇ ਮਾਲਕ ਘਰਾਂ 'ਚ ਬੈਠੇ ਹੋਣੇ ਨੇ। ਸਾਡਾ ਵੀ ਆਫਿਸ ਆ ਵੀਰੇ ਇੱਥੇ ਅੰਬਲ ਮੋਸ਼ਨ ਪਿਕਚਰ ਦਾ, ਅਸੀਂ ਆਫਿਸ ਖੋਲਿਆ ਵਾ, ਉਹਦੇ 'ਚ ਬਹੁਤ ਬੰਦੇ ਕੰਮ ਕਰਦੇ ਨੇ, ਅਸੀਂ ਬਿਲਕੁਲ ਸ਼ਟਡਾਊਨ ਕੀਤਾ, ਉਹਨੂੰ ਤਾਲਾ ਲਾ ਦਿਉ, ਜਿਹੜਾ ਕੋਈ ਕੰਮ ਕਰਨਾ ਵਾ ਜੇ ਕੋਈ ਹੋ ਸਕਦਾ ਤਾਂ ਘਰੋਂ ਬੈਠ ਕੇ ਕਰ ਸਕਦੇ ਹਾਂ ਤਾਂ ਠੀਕ ਆ, ਨਹੀਂ ਤਾਂ ਨਾ ਕਰੀਏ, ਨਹੀਂ ਤਾਂ ਕੋਈ ਗੱਲ ਨਹੀਂ, ਬੈਠੋ ਅਸੀਂ ਕਿ ਘਰਾਂ ਦੇ ਵਿੱਚ ਕੋਈ ਗੱਲ ਨਹੀਂ। ਜੇ 10 ਜਾਂ 20 ਦਿਨਾਂ ਦੇ ਵਿੱਚ ਕੋਈ ਨਵਾਂ ਗਾਣਾ ਨਹੀਂ ਆਉਂਦਾ ਜਾਂ ਨਵੀਂ ਫਿਲਮ ਨਹੀਂ ਆਉਂਦੀ, ਕੋਈ ਹਨੇਰੀ ਚੱਲਣ ਵਾਲੀ ਦੋਨਾਂ ਵਾ, ਇੰਨੀ ਮੁਸੀਬਤ ਦੇ ਵਿੱਚੋਂ ਕੰਟਰੀ ਲੰਘ ਰਿਹਾ ਵਾ, ਆਪਾਂ ਆਪਦੇ ਗਾਣੇ ਜਾਂ ਉਹਨੂੰ ਚੱਕ ਕੇ ਬੈਠ ਜਾਈਏ। ਸੋ ਹੈਲਪ ਕਰੋ ਲੋਕਾਂ ਦੀ ਜਿਸ ਤਰੀਕੇ ਨਾਲ ਹੋ ਸਕਦੀ ਆ, ਘੱਟੋ ਘੱਟ ਹੋਰ ਨਹੀਂ ਤੁਸੀਂ ਕੁਛ ਕਰ ਸਕਦੇ, ਬੋਲ ਕੇ ਹੀ ਆਪਾਂ ਲੋਕਾਂ ਨੂੰ ਹੈਲਪ ਕਰੀਏ ਵੀ ਯਾਰ ਇਹਨੂੰ ਸੀਰੀਅਸ ਲੈਣਾ ਪੈਣਾ ਯਾਰ, ਇਹਨੂੰ ਇਹ ਮੂਵਮੈਂਟ ਚਲਾਉਣੀ ਪੈਣੀ ਆ ਆਪਣੇ ਕੰਟਰੀ ਲਈ, ਇਹ ਮੂਵਮੈਂਟ ਆ। ਸੋ ਜਿਹੜੇ ਆ ਕਰਫਿਊ ਲੱਗੇ ਨੇ, ਕਰਫਿਊ ਦੇ ਲਈ ਕੀਤਾ, ਇਸ ਚੀਜ਼ ਨੂੰ ਫੋਲੋ ਕਰੀਏ, ਹਰ ਚੀਜ਼ ਉਵੇਂ ਕੀਤੀ ਜਾਵੇ। ਕੱਲ੍ਹ ਮੈਂ ਦੇਖ ਰਿਹਾ ਕਿਸੇ ਨੇ ਵਾਇਰਲ ਕੀਤਾ, ਕਹਿੰਦੇ ਜੀ ਫਲਾਣੇ ਕੰਟਰੀਆਂ ਦੇ ਵਿੱਚ 1,000,000,000 ਉਹਨੂੰ ਦਿੱਤਾ, 1,000,000,000 ਉਹਨੂੰ ਦਿੱਤਾ, ਅਤੇ ਆਪਣੇ ਕੰਟਰੀ ਵਾਲੇ ਕਹਿੰਦੇ ਆ ਘਰ ਬੈਠ ਕੇ ਤੁਸੀਂ ਘੰਟੀਆਂ ਵਜਾਓ ਯਾਰ, ਤਾੜੀਆਂ ਵਜਾਓ, ਕਲੈਪਿੰਗਾਂ ਕਰੋ। ਉਹਨਾਂ ਲਈ ਕਰ ਰਹੇ ਹਾਂ ਨਾ ਜਿਹੜੇ ਹਸਪਤਾਲਾਂ ਦੇ ਵਿੱਚ ਸਾਡੇ ਲਈ ਜੋਬਾਂ ਕਰ ਰਹੇ ਆ, ਕੀ ਮਾੜੀ ਗੱਲ ਹੈ ਇਹਦੇ 'ਚ। ਸੋ ਗਿਵ ਦੈਮ, ਉਹਨਾਂ ਨੂੰ ਕੱਲ੍ਹ ਨੂੰ ਉਹ ਕਹਿਣਗੇ ਜੀ ਅਸੀਂ ਤਾਂ ਹਸਪਤਾਲਾਂ 'ਚ ਕੰਮ ਨਹੀਂ ਕਰਦੇ ਹੈਗੇ, ਅਸੀਂ ਵੀ ਘਰ ਜਾ ਕੇ ਆਪਦੇ ਬਹਿੰਦੇ, ਅਸੀਂ ਕਿਉਂ ਆਪਦੀ ਜਾਨ ਰਿਸਕ 'ਚ ਪਾਈਏ। ਇਸ ਟਾਈਮ ਡਾਕਟਰ ਫੌਜੀਆਂ ਵਾਲਾ ਕੰਮ ਕਰ ਰਹੇ ਨੇ ਯਾਰ, ਬਾਰਡਰਾਂ 'ਤੇ ਬੈਠੇ ਜਿਹੜੇ ਫੌਜੀ ਆਪਣੀਆਂ ਜਾਨਾਂ ਦਿੰਦੇ ਨੇ ਉਹ ਕੰਮ ਕਰ ਰਹੇ ਨੇ। ਸੋ ਮੇਰੀ ਰਿਕੁਐਸਟ ਆ, ਪਲੀਜ਼ ਸਾਰਿਆਂ ਨੂੰ, ਸਾਰੇ ਜਣਿਆਂ ਨੂੰ ਰਿਕੁਐਸਟ ਆ, ਪਲੀਜ਼। ਅਸੀਂ ਵੀ ਬੈਠ ਕੇ ਸ਼ਾਮ ਨੂੰ ਸਾਰੀ ਦਿਹਾੜੀ ਇਹੀ ਗੱਲਾਂ ਕਰਦੇ ਹਾਂ ਯਾਰ ਕੀ ਕਰੀਏ, ਉਹ ਕੋਈ ਕੰਮ ਨਹੀਂ ਗਾ, ਕੋਈ ਫਲਾਣੀ ਚੀਜ਼ ਨਹੀਂ ਗੀ। ਉਹ ਮੂਰਖੋ ਜਾਨ ਤੋਂ ਪਿਆਰਾ ਥੋੜ੍ਹਾ, ਮੈਂ ਬਾਹਰ ਜਾਵਾਂ, ਮੇਰੇ ਜਵਾਕ ਨੇ ਘਰ ਵਾਈਫ ਹੈ, ਮੈਂ ਘਰ ਮੁੜ ਕੇ ਆਵਾਂ, ਹੈ ਨਾ, ਉਸ ਚੀਜ਼ ਨੂੰ ਬਿਮਾਰੀ ਲੈ ਕੇ ਘਰ ਆ ਜਾਵਾਂ, ਉਹਦਾ ਕੀ ਫਾਇਦਾ ਯਾਰ, ਠੀਕ ਆ। ਉਹਦੇ ਨਾਲੋਂ ਬੈਟਰ ਇਹ ਆ ਆਪਾਂ ਸਾਰਿਆਂ ਨੂੰ ਇਹ ਚੀਜ਼ ਕਰੀਏ। ਮੈਂ ਅੱਜ ਸਵੇਰੇ ਸਵੇਰੇ ਉੱਠ ਕੇ ਲਾਈਵ ਪਾਉਣ ਦਾ ਕਾਰਨ ਵੀ ਇਹ ਜਿਹਾ ਸੀ, ਮੈਂ ਕਈ ਵਾਰੀ ਸਨੈਪਚੈਟਾਂ ਦੇਖਦਾ, ਉਹਦੇ 'ਚ ਹੋਰ ਵੀ ਕਿੰਨੇ ਕਲਾਕਾਰਾਂ ਦੀਆਂ, ਹੋਰ ਬੜੇ ਲੋਕਾਂ ਦੀਆਂ, ਫੇਮਸ ਪਰਸਨੈਲਿਟੀ ਦੀਆਂ ਸਨੈਪਚੈਟ ਆ
ਉਹ ਯਾਰ ਬਾਹਰ ਤੁਰੇ ਫਿਰਦੇ ਨੇ ਕਈ ਮੂਰਖ, ਉਹਨਾਂ ਨੂੰ ਫੋਲੋ ਨਾ ਕਰੋ, ਸਾਲੇ ਬੇਵਕੂਫ ਨੇ ਯਾਰ। ਠੀਕ ਹੈ, ਪਲੀਜ਼ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਘਰਾਂ 'ਚ ਬੈਠੋ ਆਪਦਿਆਂ 'ਚ, ਟੇਕ ਕੇਅਰ, ਆਪਣਾ ਧਿਆਨ ਰੱਖੋ। ਆਪਾਂ ਲੜਾਈ ਲੜਨੀ ਆ ਆਪਣੇ ਆਪ, ਇਹ ਵਾਇਰਸ ਨਾਲ ਆਪਾਂ ਆਪ ਲੜਾਂਗੇ। ਆਪਾਂ ਇਸੇ ਤਰੀਕੇ ਨਾਲ ਲੜ ਸਕਦੇ ਹਾਂ ਵੀ ਆਪਾਂ ਇੱਥੇ ਬੈਠੀਏ, ਬਾਹਰ ਇਹਨੂੰ ਕੋਈ ਵਾਇਰਸ ਨੂੰ ਬੰਦਾ ਹੀ ਨਾ ਲੱਭੇ, ਹਫ਼ਤਾ ਦਸ ਦਿਨ ਸਾਲਾ ਧੱਕੇ ਖਾਊਗਾ ਮੁੜ ਜੂਗਾ। ਸੋ ਬਾਬਾ ਮਿਹਰ ਕਰੂਗਾ। ਵੀਰ ਜੀ ਚਾਈਨਾ ਸਟੇਜ ਆਲਮੋਸਟ 90% ਸਟੇਜ 5 ਸੀਗੀ, ਕਹਿੰਦੇ 90% ਮੋਨੂ ਵੀਰ ਕਹਿੰਦੇ ਧੋਨੀ ਸਾਹਿਬ ਕਵਰ ਕਰ ਲਿਆ ਉਹਨਾਂ ਨੇ, 4th ਸਟੇਜ 5th ਸਟੇਜ 'ਚ ਸੁਧਰ ਜਾਓ। ਹਾਂ, 5ਵੀਂ ਸਟੇਜ ਸੀ ਵੀਰ ਕਹਿੰਦਾ ਵੀ ਚਾਈਨਾ ਦੇ ਵਿੱਚ, ਉਹਨਾਂ ਨੇ ਸਾਰਾ ਰਿਕਵਰ ਕਰ ਲਿਆ। ਆਪਾਂ 4th ਸਟੇਜ ਦੇ ਵਿੱਚ ਕਹਿੰਦੇ ਆ ਚੁੱਕੇ ਹਾਂ ਅਤੇ 5ਵੇਂ 'ਚ ਵੜ ਜਾਣਾ ਵਾ, ਸੋ ਆਪਣੇ ਤੋਂ ਕਵਰ ਨਹੀਂ ਹੋਣੀ ਇਹ ਚੀਜ਼। ਸੋ ਔਰ ਦੂਸਰਾ ਕੀ ਹੈ ਵੀ ਆਪਣੀ ਪਾਪੂਲੇਸ਼ਨ ਇੰਨੀ ਆ, ਆਪਣੇ ਕੋਲ ਉਰੇ ਇਲਾਜ ਲੂਜ ਤਾਮ ਜਾਮ ਇੰਨਾ ਚੀਜ਼ਾਂ ਨਹੀਂ ਹੋਣੀਆਂ ਹੈਗੀਆਂ। ਸੋ ਇਹ ਵਾਰ ਵਾਰ ਜਿਹੜੇ ਡਾਕਟਰ ਹਸਪਤਾਲਾਂ ਦੇ ਵਿੱਚ ਕੰਮ ਕਰ ਰਹੇ ਨੇ ਉਹ ਸਾਰਿਆਂ ਨੂੰ ਟੈਲੀਫੋਨ ਕਰਕੇ ਕਹਿ ਰਹੇ ਨੇ, ਉਹ ਵੀਡੀਓਜ਼ ਆਪਦੀਆਂ ਪਾ ਰਹੇ ਨੇ। ਮੈਂ ਹੈਰਾਨ ਹਾਂ ਵੀ ਜਿਹੜੇ ਬੰਦੇ ਨੂੰ ਮਾੜੀ ਮੋਟੀ ਖੰਘ ਜ਼ੁਕਾਮ ਜਾਂ ਕੋਈ ਚੀਜ਼ ਲੱਗਦੀ ਆ, ਯਾਰ ਚੈੱਕ ਤਾਂ ਕਰਾਓ ਤੁਸੀਂ। ਮੈਨੂੰ ਇੱਕ ਗੱਲ ਇਹੀ ਨਹੀਂ ਸਮਝਦਾ ਸੀ, ਪਿੱਛੇ ਜਿਹੇ ਮੈਂ ਇੱਕ ਨੂੰ ਦੇਖਿਆ, ਉਹ ਕਹਿੰਦਾ ਮੈਨੂੰ ਤਾਂ ਨੋਰਮਲ ਖੰਘ ਜ਼ੁਕਾਮ ਹੈ, ਕਹਿੰਦਾ ਮੈਨੂੰ ਊਂ ਚੱਕੀ ਜਾਂਦੇ ਨੇ। ਯਾਰ ਤੈਨੂੰ ਮੰਨ ਲਿਆ ਵੀਰੇ ਨੋਰਮਲ ਖੰਘ ਜ਼ੁਕਾਮ ਆ, ਜੇ 1% ਤੈਨੂੰ ਇਹ ਚੀਜ਼ ਨਿਕਲਿਆ ਹੀ, ਠੀਕ ਹੈ, 1% ਇਹ ਚੀਜ਼ ਨਿਕਲਿਆ, ਤੂੰ ਕਿੰਨੇ ਬੰਦੇ ਲੈ ਕੇ ਬਹਿ ਜਾਏਗਾ ਯਾਰ। ਇਹ ਰਿਪੋਰਟਾਂ ਦੇ ਉੱਤੇ ਤੰਗ ਆਉਂਦੇ ਨੇ, ਮੇਰੀ ਫੈਮਿਲੀ ਵੀ ਜਿੱਦਣ ਆਈ ਸੀਗੀ ਉਦੋਂ ਇਹ ਤਾਂ ਸ਼ੁਰੂ ਹੋਇਆ ਸੀਗਾ, ਠੀਕ ਹੈ, 5-6 ਘੰਟੇ ਲੱਗੇ ਉੱਥੇ। ਅਸੀਂ ਤਾਂ ਜਮ੍ਹਾਂ ਆ ਕੇ ਕਿਸੇ ਨੂੰ ਕੰਪਲੇਂਟ ਨਹੀਂ ਕੀਤੀ ਯਾਰ, ਮੈਂ ਕਈਆਂ ਨੂੰ ਟੈਲੀਫੋਨ ਕਰ ਸਕਦਾ ਸੀ, ਉਹਨਾਂ ਨੂੰ ਮੈਂ ਛੇਤੀ ਕਢਾ ਸਕਦਾ ਸੀ, ਮੈਂ ਨਹੀਂ ਕੀਤਾ ਸੀ। ਕੱਲ੍ਹ ਲੈਟ ਇਟ ਵੀ ਯਾਰ ਵੀ ਇਹ ਪ੍ਰੋਸੈਸ ਆ, ਜ਼ਰੂਰੀ ਆ, ਇਹ ਮਸਟ ਆ। ਉਦੋਂ ਬਾਅਦ ਆ ਕੇ ਘਰ ਜਾਣਾ ਸੀ, ਅਸੀਂ 14 ਦਿਨ ਘਰ ਕੱਟਿਆ ਯਾਰ, ਅਸੀਂ ਬੈਠੇ ਹਾਂ ਸਾਰੇ ਜਣੇ, ਅੱਜ ਬਾਹਰ ਨਹੀਂ ਨਿਕਲਿਆ ਕੋਈ ਵੀ, ਹੁਣ ਤਾਂ ਜਮ੍ਹਾਂ ਹੀ ਨਹੀਂ ਨਿਕਲ ਰਿਹਾ ਕੋਈ ਟੋਟਲ, ਸਾਡੇ ਤਾਂ ਘਰ ਦੇ ਅੰਦਰ ਜਿੰਨੇ ਅੰਦਰ ਨੇ ਅੰਦਰ, ਜਿਹੜੇ ਬਾਹਰ ਨੇ ਬਾਹਰ। ਕੋਈ ਬੰਦਾ ਜਿਹੜਾ ਬਾਹਰ ਆ ਸੀ ਉਹਨੂੰ ਕਦੇ ਨਹੀਂ ਕਹਿੰਦੇ ਆ ਕਿ ਵੀ ਤੂੰ ਅੰਦਰ ਆ। ਮੈਂ ਤਾਂ ਕੱਲ੍ਹ ਮੈਸੇਜ ਕੱਢਿਆ, ਰਣਜੀਤ ਬਾਵੇ ਦਾ ਵਿਆਹ ਸੀਗਾ ਅਤੇ ਕਾਰਡ ਵੰਡੇ ਜਾ ਚੁੱਕੇ ਨੇ ਰਣਜੀਤ ਬਾਵੇ ਦੇ ਵਿਆਹ ਦੇ। ਮੈਨੂੰ ਉਹਦਾ ਪਿਛਲੇ 4-5 ਦਿਨ ਪਹਿਲਾਂ ਮੈਸੇਜ ਆਇਆ, ਕਹਿੰਦਾ ਵੀ ਵੀਰੇ ਆਪਾਂ ਰਿਸੈਪਸ਼ਨ ਪਾਰਟੀ ਕੈਂਸਲ ਕਰ ਦਿੰਦੇ ਹਾਂ, ਇਹ ਨਹੀਂ ਰਾਈਟ ਟਾਈਮ ਹੈਗਾ। ਕਹਿੰਦਾ ਵੀ ਮੈਨੂੰ ਵੀ ਐਂ ਲੱਗ ਰਿਹਾ ਵੀ ਇਸ ਉਹਦਾ ਵਿਚਾਰੇ ਦਾ ਇਸ ਤੋਂ ਵਿਆਹ ਤੋਂ ਇੰਪੋਰਟੈਂਟ ਕੀ ਹੋ ਸਕਦਾ, ਉਹਨੇ ਵਿਚਾਰੇ ਨੇ ਸਾਰਾ ਕੁਝ ਕੈਂਸਲ ਕੀਤਾ। ਉਹ ਕਹਿੰਦਾ ਵੀ ਵੀਰੇ ਆਹ ਚੀਜ਼ ਨਹੀਂ ਕਰਨੀ ਹੈਗੀ। ਫਿਰ ਹੈਪੀ ਰਾਏ ਕੋਟੀ ਦੀ ਸਿਸਟਰ ਦਾ ਵਿਆਹ ਸੀਗਾ, ਹੈਗਾ ਵਾ ਆਹ ਹੁਣ 25 ਤਰੀਕ ਨੂੰ, ਅਤੇ ਹੈਪੀ ਰਾਏ ਕੋਟੀ ਦਾ ਉਹ ਕਹਿੰਦਾ ਵੀ ਮੈਂ ਜਦੋਂ ਕਹਿੰਦਾ ਸਾਰੀਆਂ ਚੀਜ਼ਾਂ ਸ਼ੁਰੂਆਤ 'ਚ ਹੋਈਆਂ ਹੈਗੀਆਂ ਗਰੀਬੀ 'ਚ ਦੇਖੀਆਂ ਨੇ, ਕਹਿੰਦਾ ਵੀ ਮੈਂ ਸੋਚਿਆ ਵੀ ਮੈਂ ਆਪਣੀ ਸਿਸਟਰ ਦਾ ਵਿਆਹ ਬਹੁਤ ਜ਼ੋਰ ਸ਼ੋਰ ਨਾਲ ਕਰਨਾ ਵਾ, ਮੈਂ ਆਹ ਕਰੂੰ ਮੈਂ ਉਹ ਕਰੂੰ, ਕਹਿੰਦਾ ਮਸਾਂ ਹੀ ਬਾਬੇ ਨੇ ਟਾਈਮ ਠੀਕ ਕੀਤਾ ਵਾ। ਸੋ ਉੱਤੇ ਦੀ ਆ ਕਰੋਨਾ ਦੀ ਮਾਰ ਪੈ ਗਈ, ਸੋ ਉਹਨੇ ਸਾਰਾ ਕੁਛ ਕੈਂਸਲ ਕੀਤਾ। ਕਹਿੰਦਾ ਨਹੀਂ ਵੀਰੇ ਸੇਫਟੀ ਫਸਟ ਆ, ਹੈ ਨਾ, ਹਾਲੇ ਵੀ ਜੇ ਆਪਾਂ ਇਹ ਚੀਜ਼ਾਂ ਨੂੰ ਐਂ ਕਰਾਂਗੇ ਯਾਰ ਵੀ ਸਾਡੀ ਤਾਂ ਆਹ ਚੀਜ਼ ਆ, ਸਾਡੀ ਤਾਂ ਫਲਾਣੀ ਚੀਜ਼ ਆ, ਅਸੀਂ ਤਾਂ ਇੱਥੇ ਜਾਣਾ, ਅਸੀਂ ਤਾਂ ਉੱਥੇ ਜਾਣਾ, ਮੇਰਾ ਤਾਂ ਬੜਾ ਹੀ ਇੰਪੋਰਟੈਂਟ ਸੀਗਾ ਯਾਰ। ਲੋਕ ਜਿੱਦਣ ਉਰੇ ਸਾਰਾ ਕੁਛ ਨਿਕਲ ਗਿਆ, ਲੋਕ ਸਿਨੇਮਿਆਂ 'ਚ ਤੁਰੇ ਫਿਰਦੇ ਸੀਗੇ, ਹਾਲੇ ਵੀ ਲੋਕ ਕਈ ਮੌਲਾਂ 'ਚ ਤੁਰੇ ਫਿਰਦੇ ਨੇ, ਕਹਿੰਦੇ ਵੀ ਮੌਲਾਂ ਦੇ ਵਿੱਚੋਂ ਵੀਡੀਓ ਪਾਉਂਦੇ ਨੇ ਵੀ ਦੇਖੋ ਜੀ ਮੌਲ ਖਾਲੀ ਹੋ ਚੱਲਿਆ ਆਲਮੋਸਟ, ਵੀ ਤੂੰ ਸਾਲਿਆ ਉੱਥੇ ਕੀ ਕਰ ਰਿਹਾ ਵਾਂ ਵੀਡੀਓ ਪਾਉਣ ਦੇ ਲਈ, ਤੂੰ ਕੀ ਕਰਨ ਗਿਆ ਵਾਂ ਉੱਥੇ, ਤੇਰੇ ਘਰ ਕੋਈ ਟੱਬਰ ਨਹੀਂ ਗਾ, ਤੇਰੇ ਕੋਈ ਹੈ ਨਾ ਕੁਛ ਹੈ ਨਹੀਂ ਗਾ ਫੈਮਿਲੀ ਵਾਲਾ। ਪਲੀਜ਼ ਰਿਕੁਐਸਟ ਆ ਸਾਰਿਆਂ ਨੂੰ, ਹੱਥ ਬੰਨ ਕੇ ਬੇਨਤੀ ਹੈ ਮੇਰੇ ਵੀਰ, ਬਿਲਕੁਲ ਵੀ ਬਾਹਰ ਨਾ ਨਿਕਲੋ, ਇਸ ਚੀਜ਼ ਨੂੰ ਫੋਲੋ ਕਰੋ। ਆਪਾਂ ਇਸ ਚੀਜ਼ ਨੂੰ, ਇਹਦੀ ਕੋਈ ਟ੍ਰੀਟਮੈਂਟ ਨਹੀਂ ਆ, ਸਾਰੇ ਵਾਰ ਥੱਲੇ ਇਹੀ ਮੈਸੇਜ ਲਿਖ ਰਹੇ ਨੇ। ਸੋ ਕੇਅਰਫੁਲ ਅਕਰੋਸ ਦਾ ਕੰਟਰੀ, ਇਟਸ ਨੋਟ, ਹਾਂ ਇਹ ਕੰਟਰੀ, ਇਹ ਹਿਊਮੈਨਿਟੀ ਵਾਲੀ ਗੱਲ ਆ ਜੀ, ਗੱਲ ਸਹੀ ਆ, ਸਾਰੇ ਕਹਿੰਦੇ। ਔਰ ਆਪਾਂ ਨੂੰ ਇਸ ਤਰੀਕੇ ਦਾ ਏਕਾ ਬਣਾਉਣਾ ਪੈਣਾ ਵੀ ਸਾਰੇ ਘਰਾਂ ਦੇ ਵਿੱਚ ਬੈਠੇ ਹਾਂ, ਕੋਈ ਵੀ ਬਾਹਰ ਨਹੀਂ ਹੈਗਾ। ਤੁਸੀਂ ਪ੍ਰੋਪਰ, ਮੈਂ ਤਾਂ ਕਹਿੰਦਾ ਜਿਹੜਾ ਤੁਹਾਨੂੰ ਬਾਹਰ ਮਿਲਦਾ ਜਾਂ ਬਾਹਰ ਦੇਖਦਾ ਜਿਹੜਾ ਜਾਂਦਾ, ਉਹੋ ਜਿਹੇ ਬੰਦੇ ਦੀ ਫੋਟੋ ਪਾ ਕੇ ਵਾਇਰਲ ਕਰੋ ਵੀ ਇਹਨੂੰ ਸ਼ੇਮ ਔਨ ਹਿਮ, ਵੀ ਜਿਹੜਾ ਬੰਦਾ ਸਾਲਾ ਬਾਹਰ ਤੁਰਿਆ ਫਿਰਦਾ ਵਾ ਆਹ ਚੀਜ਼ਾਂ ਕਰਦੇ ਨੇ। ਕਈਆਂ ਦੇ ਉਹ ਕਹਿੰਦੇ ਵੀ ਬੰਬੇ, ਕੱਲ੍ਹ ਮੈਂ ਦੇਖਿਆ ਸੀ ਅਕਸ਼ੇ ਕੁਮਾਰ ਜੀ ਨੇ ਪਾਈ ਸੀ ਇੱਕ ਵੀਡੀਓ ਵੀ ਲੋਕਾਂ ਦੇ ਹੱਥਾਂ 'ਤੇ ਸਟੈਂਪਾਂ ਲਾਈਆਂ ਨੇ ਵੀ ਤੁਸੀਂ ਘਰ ਦੇ ਵਿੱਚ ਕੁਆਰੰਟੀਨ ਹੋ, ਤੁਸੀਂ ਬਾਹਰ ਨਹੀਂ ਜਾ ਸਕਦੇ ਹੈਗੇ, ਅਤੇ ਕਹਿੰਦੇ ਉਹ ਬੰਦੇ ਸਟੈਂਪਾਂ ਲੱਗੀਆਂ ਦੇ ਨਾਲ ਵੀ ਬਾਹਰ ਤੁਰੇ ਫਿਰੀ ਜਾਂਦੇ ਨੇ ਖੱਬੇ ਸੱਜੇ, ਹੈ ਨਾ। ਬੇਵਕੂਫ ਬਹੁਤ ਨੇ, ਆਪਾਂ ਬੇਵਕੂਫਾਂ ਨੂੰ ਫੋਲੋ ਨਾ ਕਰੀਏ, ਠੀਕ ਹੈ। ਆਪਾਂ ਆਪਣੇ ਲਈ ਨਹੀਂ ਤਾਂ ਆਪਣੇ ਬੱਚਿਆਂ ਲਈ, ਆਪਣੀ ਫੈਮਿਲੀ ਲਈ, ਵਾਈਫ ਲਈ, ਮਾਂ ਲਈ, ਪਿਓ ਲਈ, ਉਹਨਾਂ ਲਈ ਘਰ ਬੈਠੀਏ। ਸੋ ਪਲੀਜ਼ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਜੀ, ਹੱਥ ਬੰਨ ਕੇ ਬੇਨਤੀ ਹੈ, ਮੈਂ ਪਹਿਲਾਂ ਵੀ ਕਿੰਨੀ ਵਾਰੀ ਕਿਹਾ, ਪਲੀਜ਼ ਸਟੇ ਹੋਮ, ਸਟੇ ਸੇਫ, ਫੋਲੋ ਕਰੋ ਰੂਲਸ ਰੈਗੂਲੇਸ਼ਨਸ ਜੋ ਸਰਕਾਰ ਕਹਿ ਰਹੀ ਆ, ਜੇ ਤੁਹਾਡੇ ਕੋਲ ਕੋਈ ਹੋਵੇ। ਸੋ ਵਟ ਵੀ ਡੂ ਅਬਾਊਟ ਪ੍ਰਾਈਵੇਟ ਕੰਪਨੀ, ਵੀਰੇ ਪ੍ਰਾਈਵੇਟ ਕੰਪਨੀਆਂ ਵਾਲਿਆਂ ਨੂੰ ਆਪ ਹੀ ਜੋ ਤੁਸੀਂ ਨਹੀਂ ਜਾਣਗੇ, ਸਾਰੇ ਜਣੇ ਘਰ ਬੈਠਣਗੇ ਅਤੇ ਆਟੋਮੈਟਿਕਲੀ ਬੰਦ ਹੋਣਗੀਆਂ, ਸਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ। ਘੱਟੋ ਘੱਟ ਇਹੋ ਜਿਹੀਆਂ ਕੰਪਨੀਆਂ ਦੇ ਨਾਮ ਸੋਸ਼ਲ ਮੀਡੀਆ 'ਤੇ ਵਾਇਰਲ ਕਰੋ, ਸਾਰੀਆਂ ਕੰਪਨੀਆਂ ਦੇ ਨਾਮ ਸੋਸ਼ਲ ਮੀਡੀਆ 'ਤੇ ਵਾਇਰਲ ਕਰੋ, ਲੋਕ ਉਹਨਾਂ ਨੂੰ ਸਾਲਿਆਂ ਨੂੰ ਗਾਲਾਂ ਤਾਂ ਕੱਢਣਗੇ, ਥੂ ਥੂ ਹੋਊਗੀ, ਆਪਣੇ ਆਪ ਬੰਦ ਕਰਨਗੇ। ਉਹੋ ਜਿਹੀਆਂ ਕੰਪਨੀਆਂ ਦਾ ਜਿਹੜਾ ਸਮਾਨ ਬਣਦਾ ਵਾ ਬਾਏ ਨਹੀਂ ਕਰੂਗਾ ਕੋਈ, ਠੀਕ ਆ। ਸੋ ਮੇਕ ਸ਼ੋਰ ਇੱਦਾਂ ਦੀਆਂ ਚੀਜ਼ਾਂ ਵਾਇਰਲ ਕਰੋ,
ਘਰੇ ਬੈਠ ਕੇ, ਪਰ ਬਾਹਰ ਜਾਣ ਦੀ ਲੋੜ ਨਹੀਂ ਹੈਗੀ। ਸੋ ਸਾਰਿਆਂ ਨੂੰ ਹੌਲੀ ਹੌਲੀ ਇਹ ਚੀਜ਼ਾਂ ਕਰਨੀਆਂ ਪੈਣੀਆਂ ਨੇ ਜੀ। ਬਠਿੰਡੇ ਇੱਕ ਜਗ੍ਹਾ ਜੀ ਜਿੱਥੇ 40,000 ਬੰਦਾ ਕੰਮ ਕਰ ਰਿਹਾ ਗਿੱਪੀ ਭਾਜੀ, ਹੈਰੀ ਭੁੱਲਰ ਸਾਹਿਬ, ਉਹ ਜੀ ਦਾ ਜੇ ਤੁਸੀਂ ਨਾਂ ਵੀ ਪਾਇਆ ਹੁੰਦਾ ਤਾਂ ਮੈਂ ਬੋਲ ਦੇਣਾ ਸੀਗਾ ਵੀ ਕਿਹੜਾ ਨਾਂ ਕਿੱਥੇ ਹੈਗਾ ਜੀ। ਇਹ ਉਹ ਆਪਣੇ ਆਪ ਗੌਰਮੈਂਟ ਨੂੰ ਚਾਹੀਦਾ ਇਹ ਚੀਜ਼, ਲੋਕਾਂ ਦੀ ਇਹਨਾਂ ਦੀਆਂ ਕੰਪਲੇਂਟਾਂ ਕਰੋ ਜੀ। ਸਭ ਜਗ੍ਹਾ ਤਾਂ ਗੌਰਮੈਂਟ ਨੇ ਇਹ ਕੱਢਿਆ ਵੀ ਕਿਤੇ 50 ਬੰਦੇ ਇਕੱਠੇ ਨਹੀਂ ਹੋ ਸਕਦੇ, 40,000 ਬੰਦਾ ਕਿੱਥੇ ਕੰਮ ਕਰੀ ਜਾਂਦਾ। ਸੋ ਰਿਕੁਐਸਟ ਆ ਸਾਡੀ ਸਰਕਾਰ ਨੂੰ ਵੀ, ਇਸ ਚੀਜ਼ ਦੀ ਅਪੀਲ ਆ ਵੀ ਉਹ ਵੀ ਜਾ ਕੇ ਦੇਖਣ ਇਹ ਵੀ ਇਹ ਕਿੱਥੇ ਕਿੱਥੇ ਬੰਦੇ ਜਿਹੜੇ ਕੰਮ ਕਰ ਰਹੇ ਨੇ, ਇਹ ਕਿੱਥੇ ਕੰਮ ਕਰ ਰਹੇ ਨੇ, ਕਿੱਥੇ ਕਿਹੜੇ ਫੈਕਟਰੀ ਵਾਲੇ ਨੇ ਜਿਹੜੇ ਸਾਲੇ ਬੰਦ ਨਹੀਂ ਕਰ ਰਹੇ ਹੈਗੇ। ਯਾਰ ਕਮਾਲ ਹੀ ਹੋਈ ਪਈ ਆ। ਹਾਲ ਚਾਲ ਤਾਂ ਵੀਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਨੇ, ਪੂਰੇ ਕੁਸ਼ਚਨਸ ਕਰ ਰਹੇ ਹਾਂ ਉਸਤਾਦ ਜੀ। ਥੈਂਕ ਯੂ ਵੀਰੇ, ਥੈਂਕ ਯੂ ਸੋ ਮੱਚ। ਸੌਰਵ ਸੈਠੀ ਸਾਹਿਬ ਥੈਂਕ ਯੂ ਜੀ। ਕਨੇਡਾ ਐਡਮਿੰਟਨ ਵੀ ਲੋਕਡਾਊਨ ਆ ਜੀ। ਯਾਰ ਕਨੇਡਾ, ਅਮਰੀਕਾ, ਲੋਸ ਏਂਜਲਸ, ਉਹ ਸੜਕ ਦੀ ਮੈਂ 4 or 5 ਦੀ ਫੋਟੋ ਆਈ ਸੀਗੀ ਲੋਸ ਏਂਜਲਸ ਦੇ ਵਿੱਚ, ਉੱਥੇ ਇੰਨਾ ਟ੍ਰੈਫਿਕ ਹੁੰਦਾ, ਗੱਡੀ 'ਤੇ ਗੱਡੀ ਚੜ੍ਹੀ ਪਈ ਹੁੰਦੀ ਹੈ, ਇੱਕ ਮਿੰਟ ਵੀ ਦੇਖਣ ਨੂੰ ਨਹੀਂ ਮਿਲਦਾ, ਅਤੇ ਹੁਣ ਖਾਲੀ ਪਿਆ ਉਹ। ਸੋ ਮਨੀ ਔਜਲਾ ਮੇਰਾ ਛੋਟਾ ਵੀਰ, ਉਹ ਵੀ ਲਾਈਵ 'ਤੇ ਆਇਆ ਜੀ। ਕਿੱਦਾਂ ਬ੍ਰਦਰ, ਠੀਕ ਠਾਕ ਹੋ ਜੀ? ਧਿਆਨ ਰੱਖਿਓ ਆਪਣਾ ਅਤੇ ਖਿਆਲ ਰੱਖੋ ਜੀ। 45 ਸੌ ਡੈਥਾਂ ਹੋ ਗਈਆਂ ਵੀਰੇ, ਵੁੱਡ ਵੀ ਵੁੱਡ ਸੈਕੰਡ ਹੈਲਥ ਸਿਸਟਮ ਵੀਰੇ, ਇਹ ਤਾਂ ਹਾਲੇ ਸ਼ੁਰੂਆਤਾਂ ਨੇ। ਜਿਹੜੇ ਹਿਸਾਬ ਨਾਲ ਇਹ ਵਧਿਆ, ਜਿਹੜੇ ਹਿਸਾਬ ਨਾਲ ਇਹਦਾ ਗ੍ਰਾਫ ਗਿਆ ਉੱਤੇ, ਇਹ ਕੁਛ ਵੀ ਹੋ ਸਕਦਾ ਮੇਰਾ ਵੀਰ। ਪਲੀਜ਼ ਘਰਾਂ 'ਚ ਬੈਠੋ, ਬਸ ਇਹਦਾ ਬੈਸਟ ਤਰੀਕਾ ਇਹੀ ਆ। ਬਰੋ ਬਾਈ, ਮੈਂ ਕਨੇਡਾ ਆਇਆ ਹੋਇਆ ਵਾਂ, ਇੱਥੇ ਬਹੁਤ ਕੰਮ ਵੱਧ ਗਿਆ ਹੈ, ਅਸੀਂ ਵੀ ਘਰ ਬੈਠੇ ਹਾਂ ਇੱਥੇ ਕੈਲਗਰੀ 'ਚ, ਬਟ ਕੇਸਿਸ ਆ ਚੁੱਕੇ ਨੇ ਇੰਨੇ, ਸਾਰਾ ਕੁਛ ਬੰਦ ਆ। ਗੁਰਵੀਰ ਗਰਚਾ ਜੀ, ਵੀਰੇ ਸਾਰੇ ਕਿਤੇ ਬੰਦ ਆ ਯਾਰ, ਸਾਰੇ ਬੈਠਦੇ ਆ, ਆਪਣੇ ਵਾਲੇ ਹੀ ਪਤਾ ਨਹੀਂ ਕਿਉਂ ਇੰਨੀ ਹਨੇਰੀ ਠਾਲੀ ਬੈਠੇ ਨੇ ਵੀ ਆਪਣੇ ਨਹੀਂ ਉਰੇ ਆਉਂਦਾ ਹੈਗਾ, ਉਹ ਆਪਣੇ ਤਾਂ ਆਏ ਆ, ਆਪਣੇ ਤਾਂ ਫਲਾਣਾ। ਨਾ ਇਹ ਵੀਰੇ, ਆਪਾਂ ਇਕੱਲੇ ਆਪਣੇ ਲਈ ਨਹੀਂ ਬੈਠ ਰਹੇ, ਦੂਜਿਆਂ ਲਈ ਵੀ ਬੈਠ ਰਹੇ ਹਾਂ। ਇੰਨੀਆਂ ਅੱਛੀਆਂ ਪੋਸਟਾਂ ਕਈਆਂ ਨੇ ਵਾਇਰਲ ਕੀਤੀਆਂ ਨੇ, ਜਿੱਥੇ ਅੱਜ ਮੈਂ ਦੇਖਿਆ ਇੱਕ ਪ੍ਰਾਈਮ ਏਸ਼ੀਆ ਵਾਲਿਆਂ ਨੇ ਭੇਜਿਆ ਵੀ ਤੁਸੀਂ ਕਹਿੰਦੇ ਕਰੋਨਾ ਉੱਨੀ ਦੇਰ ਤੁਹਾਡੇ ਕੋਲ ਨਹੀਂ ਆਉਂਦਾ ਜਿੰਨੀ ਦੇਰ ਤੁਸੀਂ ਘਰੋਂ ਬਾਹਰ ਜਾ ਕੇ ਇਹਨੂੰ ਲੈ ਕੇ ਨਹੀਂ ਆਉਂਦੇ ਹੈਗੇ। ਸੋ ਆਪਾਂ ਮੇਕ ਸ਼ੋਰ ਕਰੀਏ ਯਾਰ, ਟੀ ਵੀ ਲਾਓ, ਬੈਠੋ, ਟੀ ਵੀ ਦੇਖੋ, ਆ ਗਏ ਨੈੱਟਫਲੈਕਸ, ਐਮਾਜ਼ੋਨ, ਜੇ ਇਹ ਦੇਖੋ, ਦੂਜੇ ਚੈਨਲ ਦੇਖੋ, ਹਾਲ ਦੇਖੋ ਲੋਕਾਂ ਦਾ, ਹੈ ਨਾ, ਅਤੇ ਤੁਸੀਂ ਖਬਰਾਂ ਦੇਖੋ। ਸੋ ਪਲੀਜ਼ 24 ਘੰਟੇ, ਤੁਸੀਂ ਮੈਨੂੰ ਇਹ ਦੱਸੋ ਵੀ 24 ਘੰਟੇ ਬਿਨਾਂ ਕਰੋਨੇ ਤੋਂ ਕੋਈ ਗੱਲ ਹੁੰਦੀ ਹੈ? ਜੇ ਇੰਨੀ ਗੱਲਬਾਤ ਹੋ ਰਹੀ ਆ ਪੂਰੀ ਦੁਨੀਆ ਦੇ ਵਿੱਚ, ਇਹਦਾ ਮਤਲਬ ਇਹ ਡੇਂਜਰਸ ਆ। ਸੋ ਪਲੀਜ਼ ਸਟੇ ਹੋਮ, ਹੈ ਨਾ। ਥੈਂਕ ਯੂ ਵੀਰੇ ਸਾਰਿਆਂ ਦਾ, ਤੁਹਾਡਾ, ਤੁਸੀਂ ਟਾਈਮ ਕੱਢ ਕੇ ਆਹ ਵੀਡੀਓ ਸੁਣੀ ਆ, ਇਹਨੂੰ ਸ਼ੇਅਰ ਕਰੋ, ਇਹਨੂੰ ਸਪਰੈਡ ਕਰੋ ਜਿੰਨੀ ਹੋ ਸਕਦੀ ਆ, ਜਿੱਥੇ ਜਿੱਥੇ ਜਾ ਸਕਦੀ ਆ ਉੱਥੇ ਉੱਥੇ ਤੱਕ ਇਹਨੂੰ ਪਹੁੰਚਾਓ। ਅਤੇ ਬਾਕੀ ਵੀ ਮੇਰੀ ਸਾਰੇ ਗਾਉਣ ਵਾਲੇ ਭੈਣ ਭਰਾਵਾਂ ਨੂੰ, ਸਾਰਿਆਂ ਨੂੰ ਰਿਕੁਐਸਟ ਹੈ, ਐਕਟਰਾਂ ਨੂੰ ਸਾਰਿਆਂ ਨੂੰ ਰਿਕੁਐਸਟ ਹੈ ਵੀ ਪਾ ਕੇ ਬੋਲੋ ਤੁਸੀਂ, ਤੁਹਾਨੂੰ ਜਿਹੜੇ ਫੋਲੋ ਕਰਦੇ ਨੇ ਉਹ ਸੁਣਨਗੇ, ਤੁਹਾਡੀਆਂ ਵੀਡੀਓ ਸ਼ੇਅਰ ਹੋਣਗੀਆਂ, ਘੱਟੋ ਘੱਟ ਲੋਕਾਂ ਤੱਕ ਪਹੁੰਚਣਗੀਆਂ, ਉਹ ਡੈਫੀਨੇਟਲੀ ਕੁਛ ਨਾ ਕੁਛ ਉਸ ਚੀਜ਼ ਨਾਲ ਫਰਕ ਪੈਂਦਾ ਵਾ, ਹੋਰ ਨਹੀਂ ਕੁਛ ਕਰ ਸਕਦੇ ਆਪਾਂ। ਕਿਹੜਾ ਜਾ ਕੇ, ਤੁਸੀਂ ਕਿਹੜਾ ਜਾ ਕੇ ਕਿਤੇ ਗਰੀਬਾਂ ਨੂੰ ਚੌਲ ਵੰਡਣੇ ਨੇ? ਟੈਲੀਫੋਨ ਦੇ ਉੱਤੋਂ ਤਾਂ ਬੋਲ ਸਕਦੇ ਹੋ। ਭੁੱਲਰ ਹਰਪਾਲੀ, ਗਿੱਪੀ ਬੋਲਿਆ ਆਪਣੇ ਮੁੱਖ ਤੋਂ, ਬਿਲਕੁਲ ਜੀ, ਆਪਾਂ ਟਿਕਾ ਕੇ ਬੋਲਿਆ ਮਹਾਰਾਜ ਜੋ ਬੋਲਣਾ ਹੈਗਾ। ਗਿੱਪੀ ਵੀਰੇ ਗ੍ਰੇਟ, ਥੈਂਕ ਯੂ ਵੀਰੇ, ਥੈਂਕ ਯੂ ਪਬਲਿਕ ਅਵੇਅਰਨੈਸ ਲਈ, ਥੈਂਕ ਯੂ ਜੀ। ਸਰ ਆਪਣਾ ਖਿਆਲ ਰੱਖਿਓ, ਬਿਲਕੁਲ ਜੀ, ਖਿਆਲ ਤਾਂ ਹੁਣ ਇਹੀ ਆ ਜਿਹੜਾ ਆਪਾਂ ਰੱਖ ਰਹੇ ਹਾਂ, ਪਤਾ ਸਵੇਰ ਦੇ ਘਰ ਬੈਠੇ ਹਾਂ, ਉੱਠੇ ਹਾਂ ਅਤੇ ਮੈਂ ਦੇਖੀਆਂ ਵੀਡੀਓਜ਼, ਅੱਜ ਆ ਸਨੈਪਚੈਟਾਂ ਇੰਨੀਆਂ ਦੇਖੀਆਂ ਸੀਗੀਆਂ, ਅਤੇ ਕਿਤੇ ਕਿਤੇ ਥੋੜ੍ਹਾ ਗੁੱਸਾ ਆਉਂਦਾ ਵਾ ਵੀ ਯਾਰ ਐਡੀ ਕੀ ਗੱਲ ਆ, ਕਈ ਬਿਨਾਂ ਮਤਲਬ ਤੁਸੀਂ ਗੱਡੀਆਂ 'ਚ ਘੁੰਮ ਰਹੇ ਨੇ, ਸਨੈਪਚੈਟਾਂ ਪਾ ਰਹੇ ਨੇ, ਗਾਣੇ ਲਾ ਕੇ ਭੰਗੜੇ ਵਾ, ਪਿੱਛੇ ਗਾਣਾ ਚੱਲ ਰਿਹਾ, ਆਓ ਜੀ ਗਾਣਾ ਸੁਣੀਏ ਫਲਾਣਾ, ਆਓ ਜੀ ਦੇਖੀਏ ਇੱਧਰ ਨੂੰ। ਉਹ ਯਾਰ ਅਸੀਂ ਵੀ 4 ਦਿਨ ਪਹਿਲਾਂ ਸ਼ੂਟਿੰਗਾਂ ਕਰ ਰਹੇ ਸੀ, ਰੂਟੀਨ ਆਪਣੀ ਲਾਈਫ ਸੀਗੀ, ਬਟ ਹੁਣ ਜਦੋਂ ਸਾਰਾ ਕੁਛ ਸ਼ੱਟ ਡਾਊਨ ਹੋਇਆ, ਆਹ ਤਾਂ ਜਮ੍ਹਾਂ ਹੀ 19 to 31 ਤਾਂ ਜਮ੍ਹਾਂ ਹੀ ਉਹਨਾਂ ਨੇ ਚੱਕਤਾ ਵੀਰ। ਇਹਨਾਂ ਕਲਾਕਾਰ ਵੀ ਤੁਹਾਡੇ ਵਾਂਗ ਪੋਸਟਾਂ ਪਾਉਣ, ਹਾਂ ਬਿਲਕੁਲ ਜੀ, ਬਾਕੀ ਦੇ ਪਾਉਣਗੇ ਵੀਰੇ, ਪਾਉਣਗੇ, ਪੋਸਟਾਂ ਪਾਉਣਗੇ ਜੀ, ਸਾਰੇ ਪਾਉਣਗੇ ਰੌਲਾ ਰੱਪਾ। ਔਰ ਮੀਡੀਆ ਨੂੰ ਵੀ ਰਿਕੁਐਸਟ ਆ ਕਿ ਯਾਰ ਇੱਕ ਚੀਜ਼ ਹੋਰ, ਸੋਰੀ, ਵੀ ਜਦੋਂ ਵੀ ਕੋਈ ਤੁਸੀਂ ਪੋਸਟ ਪਾਉਣੀ ਆ ਜਾਂ ਜਦੋਂ ਵੀ ਕੋਈ ਪੋਸਟ ਤੁਸੀਂ ਸ਼ੇਅਰ ਕਰਦੇ ਹੋ, ਤੁਸੀਂ ਇੱਦਾਂ ਕਈ ਪਿੱਛੇ ਜੇ ਪੋਸਟ ਆਈਆਂ, ਫਲਾਣੀ ਜਗ੍ਹਾ ਇੰਨੇ ਬੰਦੇ ਹੋ ਗਏ, ਢਕਾਣੀ ਜਗ੍ਹਾ ਇੰਨੇ ਬੰਦੇ ਹੋ ਗਏ, ਇੰਨੇ ਪੋਜ਼ੀਟਿਵ ਨਿਕਲੇ, ਅੱਧੇ ਘੰਟੇ ਬਾਅਦ ਖਬਰ ਚੱਲ ਰਹੀ ਹੈ ਵੀ ਜੀ ਖਬਰ ਝੂਠੀ ਆ। ਉੱਦਾਂ ਹੀ ਆਪਣੇ ਕੋਲ ਕੋਈ ਵਟਸਐਪ ਦੇ ਉੱਤੇ ਚੀਜ਼ਾਂ ਭੇਜ ਰਿਹਾ ਆਲਤੂ ਫਾਲਤੂ, ਉਹਨਾਂ ਨੂੰ ਸ਼ੇਅਰ ਨਾ ਕਰੀਏ ਯਾਰ, ਡਟਣਾ ਪੈਣਾ, ਤਕੜੇ ਹੋਣਾ ਪੈਣਾ, ਪੋਜ਼ੀਟਿਵ ਚੀਜ਼ਾਂ ਸ਼ੇਅਰ ਕਰੀਏ, ਐਵੇਂ ਆਲਤੂ ਫਾਲਤੂ ਸਾਲੀਆਂ ਬਕਵਾਸ ਚੀਜ਼ਾਂ ਨਾ ਨਾ ਸ਼ੇਅਰ ਕਰੀਏ, ਠੀਕ ਆ। ਆਪਾਂ ਤਾਂ ਲੋਕਾਂ ਨੂੰ ਭੇਜ ਕੇ ਆਲਤੂ ਫਾਲਤੂ ਚੀਜ਼ਾਂ ਭੇਜੀ ਜਾਂਦੇ ਹਾਂ, ਉਹਦਾ ਕੋਈ ਫਾਇਦਾ ਨਹੀਂ, ਘਰ ਬੈਠੇ ਕਰੀ ਜਾਂਦੇ ਨਹੀਂ, ਫਲਾਣੀ ਜਗ੍ਹਾ ਬੰਦੇ ਭੱਜ ਗਏ, ਫਲਾਣੀ ਜਗ੍ਹਾ ਐਂ ਹੋ ਗਿਆ, ਨਹੀਂ ਉਹਨਾਂ ਨੂੰ ਇਹ ਗੱਲ ਸਮਝਾਓ ਵੀ ਘਰ ਬੈਠੋ, ਉਹੋ ਜਿਹੀਆਂ ਚੀਜ਼ਾਂ ਭੇਜੋ ਵੀ ਬਚਾਓ ਜੀ ਬਚਾਓ ਹੈ। ਸੋ ਪਲੀਜ਼ ਘਰ ਬੈਠੋ,
ਰੈਸਟ ਕਰੋ, ਆਪਣੀ ਫੈਮਿਲੀ ਨਾਲ ਗੱਲਾਂ ਬਾਤਾਂ ਕਰੋ। ਸੋ ਸ਼ਾਇਦ ਉਹਦੇ ਕਹਿਣਗੋ ਵੀ ਦੁਨੀਆ ਹੀ ਇੰਨੀ ਅੱਗੇ ਲੰਘ ਗਈ ਸੀਗੀ ਵੀ ਤੁਸੀਂ ਇੰਨੇ ਬਿਜ਼ੀ ਹੋ ਗਏ ਸੀਗੇ ਵੀ ਤੁਹਾਡੇ ਕੋਲ ਆਪਣੇ ਟੱਬਰ ਠੀਰ ਲਈ, ਜਵਾਕਾਂ ਲਈ, ਕਿਸੇ ਲਈ ਵਕਤ ਹੀ ਨਹੀਂ ਸੀ ਬਚਿਆ। ਰੱਬ ਨੇ ਐਸੀ ਮਾਰ ਮਾਰੀ ਆ ਵੀ ਤੁਹਾਨੂੰ ਘਰ ਬਿਠਾਉਣ ਦਾ ਤਰੀਕਾ ਮੈਂ ਦੱਸਦਾ ਵਾਂ ਵੀ ਤੁਸੀਂ ਕਿੱਦਾਂ ਬਹਿਣਾ ਵਾ। ਹਾਲੇ ਵੀ ਆਪਾਂ ਬੰਦੇ ਬਣੀਏ, ਆਪਾਂ ਨੂੰ ਅਕਲ ਦੀ ਲੋੜ ਹੈ, ਠੀਕ ਹੈ। ਸੋ ਸਾਡੀਆਂ ਵੀ ਬਹੁਤ ਚੀਜ਼ਾਂ ਬਾਈ ਜੀ, ਸਾਡੀ ਇੱਕ ਫਿਲਮ ਕਾਲੇ ਕੱਛਿਆਂ ਵਾਲੀ ਬਣੀ ਪਈ ਆ, ਉਹ ਵਿੱਚ ਰੋਗੀ ਸਾਰੇ ਕੰਮ ਉਹਦੇ ਪੋਸਟ ਉਹਦੀਆਂ ਡਬਿੰਗਾਂ ਚੱਲਦੀਆਂ ਸੀ। ਮਾਂ ਫਿਲਮ ਦੀ ਸ਼ੂਟਿੰਗ ਵਿਚਾਲੇ ਹੀ ਬੰਦ ਕਰ ਦਿੱਤੀ। ਮੇਰੀ ਇੱਕ ਆਪਣੀ ਨਵੀਂ ਫਿਲਮ ਸਟਾਰਟ ਹੋਣੀ ਸੀਗੀ, ਉਹ ਪਿਛਲੇ ਆ 10 ਦਿਨ ਪਹਿਲਾਂ, ਉਹ ਫਿਲਮ ਬਿਲਕੁਲ ਵਿਚਾਲੇ ਹੀ ਬੰਦ ਕਰ ਦਿੱਤੀ ਗਈ। ਉਹਦਾ ਕੋਈ ਤਾਮਝਾਮ ਨਹੀਂ, ਪੋਸਟ ਦੀ ਫਿਲਮ ਦੀ ਰਿਲੀਜ਼ ਸੀ, ਸਾਰਾ ਤਾਮਝਾਮ, ਸਾਰੇ ਪੈਸੇ ਧੇਲੇ ਵਿੱਚ ਫਸ ਗਏ, ਪੈਸੇ ਨਹੀਂ ਜੇਬਾਂ ਦੇ ਵਿੱਚ ਹੈਗੇ, ਲੋਕਾਂ ਦੇ ਪੈਸੇ, ਹਲੇ ਸ਼ੂਟਿੰਗਾਂ ਚੱਲ ਰਹੀਆਂ ਉਹ ਕਰਨੇ ਨੇ, ਸਿਨੇਮਿਆਂ 'ਚ ਆਉਣੋਂ ਬੰਦ ਹੋ ਗਏ। ਬਟ ਇਹਦੇ ਨਾਲ ਆਪਾਂ ਮਰ ਨਹੀਂ ਰਹੇ, ਇਹਦੇ ਨਾਲ ਮਰ ਨਹੀਂ ਰਹੇ, ਕਰੋਨੇ ਨਾਲ ਮਰਾਂਗੇ, ਜੇ ਬਾਹਰ ਜਾਵਾਂਗੇ ਉਹਦੇ ਨਾਲ ਮਰਾਂਗੇ। ਸੋ ਸਾਰੇ ਬੰਦਿਆਂ ਦੀਆਂ ਆਪਣੀਆਂ ਆਪਣੀਆਂ ਦੁੱਖ ਤਕਲੀਫਾਂ ਨੇ, ਬਟ ਹੁਣ ਮਸਲਾ ਇੱਥੇ ਮੁੱਕਦਾ ਵੀ ਆਪਾਂ ਘਰ ਬੈਠੀਏ, ਬੈਸਟ ਸਟੈਪ ਇਹੀ ਆ। ਇਹਦਾ ਕੋਈ ਇਲਾਜ ਨਹੀਂ, ਤੁਸੀਂ 2 ਦਿਨ ਕਹੋਗੇ ਵੀ ਮੈਂ 2 ਦਿਨ ਕੰਮ ਕਰ ਲਉਂਗਾ, ਵੀ ਮੈਂ ਕੰਮ ਨਹੀਂ ਛੱਡਣਾ ਜੀ, ਮੇਰੇ ਘਰ ਰੋਟੀ ਨਹੀਂ ਗੀ, ਤੁਸੀਂ ਪੱਕੀ ਰੋਟੀ ਬੰਦ ਕਰ ਲਉਂਗੇ ਪਰਮਾਨੈਂਟਲੀ, ਜਦੋਂ ਆਪਾਂ ਚਲੇ ਹੀ ਜਾਵਾਂਗੇ, ਉਦੋਂ ਬਿਨਾਂ ਡੱਕਾ ਬਚਣਾ ਹੀ ਕੱਖ ਨਹੀਂ ਗਾ, ਠੀਕ ਆ। ਸੋ ਮਰਨ ਨਾਲੋਂ ਤਾਂ ਇਹ ਚੰਗਾ ਵਾ। ਸੋ ਪਲੀਜ਼ ਟੇਕ ਕੇਅਰ, ਧਿਆਨ ਰੱਖੋ, ਘਰ ਰਹੋ, ਔਰ ਇੱਦਾਂ ਇਹ ਪੋਸਟਾਂ ਨੂੰ ਸ਼ੇਅਰ ਕਰਦੇ ਰਹੋ, ਇੱਦਾਂ ਦੀਆਂ ਪੋਸਟਾਂ ਜਿਹਦੀਆਂ ਵੀ ਆਉਂਦੀਆਂ ਨੇ ਉਹਨਾਂ ਨੂੰ ਸ਼ੇਅਰ ਕਰੋ, ਔਰ ਬਾਕੀਆਂ ਨੂੰ ਵੀ ਕਹੋ ਵੀ ਇਹ ਚੀਜ਼ਾਂ ਪਾਓ, ਆਪ ਵੀ ਅਵੇਅਰਨੈਸ ਦਿਓ, ਬਚਣਾ ਕਿੱਦਾਂ ਉਸ ਚੀਜ਼ ਨੂੰ ਵਾਇਰਲ ਕਰੀਏ, ਠੀਕ ਹੈ। ਸੋ ਮਿਹਰਬਾਨੀ, ਸ਼ੁਕਰੀਆ, ਅਤੇ ਫਿਰ ਗੱਲਬਾਤ ਕਰਾਂਗੇ ਆਪਾਂ, ਘਰ ਬੈਠੇ ਆਪਾਂ ਗੱਲਬਾਤ ਤੁਹਾਡੇ ਨਾਲ ਸਾਰੇ ਜਾਣੇ ਕਰਦੇ ਰਿਹਾ ਕਰਾਂਗੇ। ਸੋ ਥੈਂਕ ਯੂ ਸੋ ਮੱਚ, ਲਵ ਯੂ ਆਲ, ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ, ਔਰ ਬਾਬੇ ਅੱਗੇ ਅਰਦਾਸ ਹੈ ਵੀ ਛੇਤੀ ਇਹ ਸਾਰਾ ਕੁਛ ਬੰਦ ਹੋਵੇ, ਔਰ ਆਪਣੇ ਲੋਕਾਂ ਨੂੰ ਇੰਨੀ ਕੁ ਅਕਲ ਦੇਵੇ ਬਾਬਾ ਵੀ ਇਹ ਘਰ ਬਹਿਣ, ਇਹ ਬਾਹਰ ਨਾ ਜਾਣ, ਠੀਕ ਹੈ। ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਫਿਰ, ਅਤੇ ਪਲੀਜ਼ ਸਟੇ ਹੋਮ, ਸਟੇ ਸੇਫ, ਔਰ ਸਰਕਾਰ ਦੇ ਜਿਹੜੇ ਜਿੰਨੀਆਂ ਵੀ ਚੀਜ਼ਾਂ ਸਰਕਾਰ ਦੀਆਂ ਆਉਂਦੀਆਂ ਉਹਨਾਂ ਦਾ ਪਾਲਣ ਕਰੀਏ, ਠੀਕ ਹੈ ਨਾ। ਹੁਣ ਆਪਾਂ ਉਸ ਚੀਜ਼ਾਂ ਨੂੰ ਛੱਡ ਦਈਏ, ਫਲਾਣੀ ਸਰਕਾਰ ਇੱਦਾਂ ਦੀ ਆ, ਫਲਾਣੀ ਸਰਕਾਰ ਉੱਦਾਂ ਦੀ ਆ। ਹੁਣ ਜਿਹੜਾ ਵੀ ਬੰਦਾ ਸਟੈਪ ਲੈ ਰਿਹਾ ਇਸ ਵਕਤ, ਉਹ ਇਸੇ ਸੋਚ ਕੇ ਲੈ ਰਿਹਾ ਵੀ ਆਪਾਂ ਬਚਾਅ ਕਰੀਏ ਆਪਣਾ, ਆਪਣਾ ਘਰ ਬੈਠਿਆ ਜਾਵੇ, ਆਪਣੀ ਸਿਹਤ ਕਿੱਦਾਂ ਬਚਾ ਸਕਦੇ ਹਾਂ, ਆਪਾਂ ਆਪਣੇ ਆਪ ਨੂੰ ਕਿੱਦਾਂ ਬਚਾ ਸਕਦੇ ਹਾਂ, ਉਹੀ ਚੀਜ਼ਾਂ ਹੋ ਰਹੀਆਂ। ਲਵ